वेलकम टू खन्ना न्यूज़ लाइव बार-बार नवजोत सिंह सिद्धू ਤੇ ਟਿੱਪਣੀਆਂ ਕਰਨ ਵਾਲੇ ਮਨਦੀਪ ਸਿੰਘ ਮੰਨਾ ਦੇ ਖਿਲਾਫ ਪੰਜਾਬ ਦੇ ਸਿੱਧੂ ਪਰਿਵਾਰ ਦੇ ਨਜ਼ਦੀਕੀ ਅਮਰਿੰਦਰ ਸਿੰਘ ਢੀਂਡਸਾ ਅੱਜ ਮਨਦੀਪ ਸਿੰਘ ਮੰਨਾ ਤੇ ਜੰਮ ਕੇ ਬਰੇ ਉਹਨਾਂ ਕਿਹਾ ਕਿ ਮਨਦੀਪ ਸਿੰਘ ਮੰਨਾ ਪਹਿਲਾਂ ਅਕਾਲੀ ਦਲ ਵਿੱਚ ਰਹੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਉਸ ਨੂੰ ਜਦ ਐਮਐਲਏ ਦੀ ਚੋਣ ਲਈ ਕਾਂਗਰਸ ਵੱਲੋਂ ਟਿਕਟ ਨਹੀਂ ਮਿਲੀ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਿਆ ਮਨਦੀਪ ਸਿੰਘ ਮੰਨਾ ਦਾ ਮੁੱਖ ਮਕਸਦ ਇਹ ਰਹਿੰਦਾ ਕਿ ਸਿੱਧੂ ਸਾਹਿਬ ਕੋਈ ਗਲਤੀ ਕਰਨ ਤੇ ਮੈਂ ਉਹ ਸਿੱਧੂ ਦੇ ਖਿਲਾਫ ਬੋਲ ਕੇ ਮੀਡੀਆ ਵਿੱਚ ਛਾਇਆ ਰਹਾ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਖਬਰਾਂ ਨੂੰ ਅਮਰਿੰਦਰ ਸਿੰਘ ਢੀਂਡਸਾ ਨੇ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਿ ਸਿੱਧੂ ਸਾਹਿਬ ਕਾਂਗਰਸ ਪਾਰਟੀ ਨੂੰ ਕਦੇ ਨਹੀਂ ਛੱਡਣਗੇ ਦੇਖੋ ਜੀ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਸ਼ੀਗਾਂ ਤੇ ਮਨਦੀਪ ਮੰਨਾ ਜੀ ਬਾਰੇ ਮੈਂ ਤੁਹਾਨੂੰ ਦੋ ਚਾਰ ਸ਼ਬਦ ਪਹਿਲਾਂ ਦੱਸਣੇ ਚਾਹਣਾ ਕਿ ਮਨਦੀਪ ਮੰਨਾ ਪਹਿਲਾਂ ਅਕਾਲੀ ਦਲ ਚ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹਨੇ ਕਾਂਗਰਸ ਜੁਆਇਨ ਕਰੀ ਜਦੋਂ ਕਿ ਕੈਪਟਨ ਸਾਹਿਬ ਨੇ ਉੱਥੋਂ ਇਲੈਕਸ਼ਨ ਲੜੀ ਤਾਂ ਮਨਦੀਪ ਮੰਨੇ ਨੇ ਕੈਪਟਨ ਸਾਹਿਬ ਨਾਲ ਕਾਂਗਰਸ ਜੁਆਇਨ ਕਰੀ ਪਰ ਇਹਦਾ ਜਿਹੜਾ ਮੁੱਖ ਮਕਸਦ ਆ ਉਹਦਾ ਮੁੱਖ ਮਕਸਦ ਤਾਂ ਇਹਦਾ ਸੀਗਾ ਕਿ ਐਮਐਲਏ ਦੀ ਇਲੈਕਸ਼ਨ ਲੜਨੀ ਹੈ ਕਾਂਗਰਸ ਵੱਲੋਂ ਇਹਨੂੰ ਮਾਨ ਸਤਕਾਰ ਵੀ ਦਿੱਤਾ ਗਿਆ ਪਰ ਇਹਨੂੰ ਹজম ਨਹੀਂ ਆਇਆ ਕਿਉਂਕਿ ਇਹਦੀ ਜਿਹੜੀ ਚਾਹਨਾ ਸੀਗੀ ਉਹ ਸੀਗੀ ਐਮਐਲਏ ਦੀ ਇਲੈਕਸ਼ਨ ਲੜਨ ਦੀ ਜਦੋਂ ਕਾਂਗਰਸ ਨੇ ਇਹਨੂੰ ਟਿਕਟ ਨਹੀਂ ਦਿੱਤੀ ਸਿੱਧੂ ਸਾਹਿਬ ਦੇ ਖਿਲਾਫ ਇਹ ਚੋਣ ਵੀ ਲੜਿਆ ਚੋਣ ਬੁਰੀ ਤਰ੍ਹਾਂ ਨਾਲ ਹਾਰ ਗਿਆ ਹੁਣ ਇਹਦਾ ਮਕਸਦ ਹੈ ਇਹੀ ਰਹਿੰਦਾ ਕਿ ਸਿੱਧੂ ਸਾਹਿਬ ਕੋਈ ਗਲਤੀ ਕਰਨ ਤੇ ਮੈਂ ਉਹਨਾਂ ਕੋਲ ਜਾ ਕੇ ਕੁਐਸਚਨ ਕਰਾਂ ਲੋਕਾਂ ਦੇ ਵਿੱਚ ਜਾਂ মিডিਆ ਦੇ ਵਿੱਚ ਵੀ ਮੈਨੂੰ ਸਿੱਧੂ ਸਾਹਿਬ ਦੇ ਰਾਹੀਂ ਕੀ ਪ੍ਰਸਿੱਧੀ ਮਿਲੀ ਇਹਦਾ ਮੁੱਖ ਕਾਰਨ ਹੀ ਰਹਿੰਦਾ ਇਹਨੂੰ ਕੋਈ ਕਿਸੇ ਮੇਰੇ ਖਾਲਨਾਮੇ ਨਾਮਰੇਤ ਸਰਬਾਸੀਆਂ ਨਾਲ ਪਿਆਰ ਆ ਨਾ ਇਹਨੂੰ ਪੰਜਾਬ ਨਾਲ ਪਿਆਰ ਆ ਇਹਨੂੰ ਤਾਂ ਸਿਰਫ ਜੇ ਪਿਆਰ ਆ ਤਾਂ ਇਹ ਕਿਸੇ ਨਾ ਕਿਸੇ ਬਹਾਨੇ ਮੈਨੂੰ ਲੱਗਦਾ ਹੁਣ ਅੱਜਕੱਲ੍ਹ ਥੋੜੀ ਜਿਹੀ ਇਹ ਤਾਰੀਫਾਂ ਕਰ ਰਿਹਾ ਆਮ ਆਦਮੀ ਪਾਰਟੀ ਦੀਆਂ ਇਹਦਾ ਉਹ ਚ ਸ਼ਾਮਲ ਹੋ ਜਾਊਗਾ ਪਰ ਇਹਦਾ ਬੰਨਾ ਕੁਝ ਨਹੀਂ ਕਿਉਂਕਿ ਜ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਹੀ ਸੱਤਾ ਮਿਲਦੀ ਹੈ ਪਰ ਜੇ ਸੱਤਾ ਆਪਾਂ ਕਹੀਏ ਕਿਸੇ ਨੂੰ ਉਂਗਲੀਆਂ ਕਰਕੇ ਕਿੰਤੂ ਪਰੰਤੂ ਕਰਕੇ ਜਿਵੇਂ ਹੁਣ ਸਾਰਿਆਂ ਨੂੰ ਪਤਾ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕਰਤਾਰਪੁਰਾ ਲੰਘਾ ਖੁਲਵਾਇਆ ਉਹਦੇ ਵਿੱਚ ਵੱਡਾ ਯੋਗਦਾਨ ਨਿਭਾਇਆ ਪਰ ਉਸ ਤੋਂ ਪਹਿਲਾਂ ਇਹ ਤਾਂ ਇਨਸਾਨ ਉਦੋਂ ਵੀ ਇਹ ਸ਼ਬਦ ਕਰ ਰਿਹਾ ਸੀ ਕਿ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਉਹ ਦੇਸ਼ਤਰੋਹੀ ਨਹੀਂ ਨੇ ਕਿਉਂਕਿ ਉਹਨਾਂ ਨੇ ਉੱਥੇ ਦੇ ਆਰਮੀ ਚੀਫ ਨੂੰ ਜਫੀ ਪਾਈ Imran Khan ਨੂੰ ਜਫੀ ਪਾਈ ਇਸ ਕਰਕੇ ਉਹ ਇਹਨਾਂ ਤੇ ਅਲਿਗੇਸ਼ਨ ਲਗਾਉਂਦਾ ਰਿਹਾ ਕਿ ਇਹ ਤਾਂ ਜੇ ਦੇਸ਼ਦ్రోਹੀ ਨੇ ਪਰ ਜੋ ਵਹਿਗਰੂ ਨੂੰ ਗੁਰੂ ਨਾਨਕ ਸਾਹਿਬ ਨੂੰ ਮਨਜ਼ੂਰ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਯਤਨਾ ਸਦਕਾ ਤੇ ਵਹਿਗਰੂ ਦੀ ਮਿਹਰ ਸਦਕਾ ਉਹ ਲਾਂਗਾ ਜਿਹੜਾ ਸਿੱਖ ਸੰਗਤ ਬਹੁਤ ਚਿਰਾਂ ਤੋਂ ਇੰਤਜ਼ਾਰ ਕਰ ਰਹੀ ਸੀ ਉਹ ਖੁਲਵਾਇਆ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪਰ ਇਹ ਉੱਥੇ ਵੀ ਉਹਨਾਂ ਨੂੰ ਦੇਸ਼ਦ్రోਹੀ ਸਾਬਿਤ ਕਰਨ ਤੇ ਲੱਗਿਆ ਹੋਇਆ ਸੀ ਅੱਜ ਕੱਲ੍ਹ ਹੁਣ ਇਹ ਗੁੰਮਰਾਹ ਕਰ ਰਿਹਾ ਕਿ ਜੀ ਸਿੱਧੂ ਸਾਹਿਬ ਪਟਿਆਲੇ ਚਲੇ ਗਏ ਉਹ ਪਟਿਆਲੇ ਕਿਉਂ ਗਏ ਹੋਏ ਨੇ ਇਹਦਾ ਉੱਥੇ ਮਿਲਣ ਦਾ ਕਾਰਨ ਕੋਈ ਨਹੀਂ ਸੀ ਸਿੱਧੂ ਸਾਹਿਬ ਨੂੰ ਇਹਨੂੰ ਤਾਂ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਆਪ ਦਾ ਜਿਹੜਾ ਲੋਕਪ੍ਰੀਏ ਹੋਣਾ ਚਾਹੁੰਦਾ ਇਹਦੇ ਤੇ ਮੈਂ ਸਾਰੇ ਜਿੰਨੇ ਵੀ ਲੋਕ ਸਾਡੀ ਨਿਊਜ਼ ਦੇਖ ਰਹੇ ਨੇ ਇਹ ਤੋਂ ਗੁੰਮਰਾਹ ਨਾ ਹੋਵੋ ਇਹ ਦੋ ਦਿਨ ਪਾਰਟੀਆਂ ਛੱਡ ਕੇ ਆ ਚੁੱਕਿਆ ਹੁਣ ਵੀ ਇਹਦੀ ਮਨਸ਼ਾ ਇਹੀ ਰਹਿੰਦੀ ਆ ਵੀ ਕਿਵੇਂ ਨਾ ਕਿਵੇਂ ਮੈਨੂੰ ਪ੍ਰਸਿੱਧੀ ਮਿਲੇ ਪਰ ਮੈਂ ਮਨਦੀਪ ਸਿੰਘ ਮੰਨਾ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਵੀ ਪ੍ਰਸਿੱਧੀ ਕਿਸੇ ਵੱਲ ਤੁਸੀਂ ਉਂਗਲੀ ਕਰੋਗੇ ਤਾਂ ਇਹ ਨਹੀਂ ਹੈਗਾ ਕਿ ਤੁਹਾਨੂੰ ਪ੍ਰਸਿੱਧੀ ਮਿਲਨੀ ਆ ਹੁਣ ਲੋਕ ਹਰ ਇੱਕ ਬੰਦੇ ਨੂੰ ਤੁਹਾਡੇ ਬਾਰੇ ਪਤਾ ਲੱਗ ਚੁੱਕਿਆ ਹੈ ਪੂਰਾ ਪੰਜਾਬ ਜਾਣੂ ਆ ਤੁਸੀਂ ਪਟਿਆਲੇ ਦੇ ਵਿੱਚ ਜਾਣ ਤੋਂ ਪਹਿਲਾਂ ਬਹੁਤ ਲੋਕਾਂ ਨਾਲ ਸੰਪਰਕ ਕਰਿਆ ਕਿ ਮੈਂ ਉੱਥੇ ਇਕੱਠ ਕਰਕੇ ਜਾਵਾਂ ਪਰ ਤੁਹਾਡੇ ਨਾਲ ਕੋਈ ਨਹੀਂ ਤੁਰਿਆ ਇਸ ਲਈ ਤੁਹਾਡੇ ਲਈ ਇਹ ਬਹੁਤ ਕਰਾਰੀ ਚਪੇੜ ਆ ਤੇ ਬਾਕੀ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਕਿ ਉਹ ਇੱਕ ਐਨੇ ਗਿਰੇ ਹੋਏ ਇਨਸਾਨ ਨੂੰ ਕਦੇ ਵੀ ਨਹੀਂ ਮੂੰਹ ਲਾਉਣਗੇ ਕਦੇ ਵੀ ਉਹਦੀਆਂ ਗੱਲਾਂ ਦਾ ਜਵਾਬ ਹੀ ਨਹੀਂ ਦੇਣਾ ਫਿਰ ਇਹਨੂੰ ਵੀ ਪਤਾ ਹੈ ਕਿ ਇਹ 4 ਸਾਲ ਤੋਂ 5 ਸਾਲ ਤੋਂ ਸਿੱਧੂ ਸਾਹ ਦੇ ਖਿਲਾਫ ਬੋਲ ਰਿਹਾ ਪਰ ਇੱਕ ਦਿਨ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਇਹਦੇ ਖਿਲਾਫ ਬਿਆਨ ਆਇਆ ਉਹ ਬਿਆਨ ਇਸ ਕਰਕੇ ਨਹੀਂ ਆਇਆ ਕਿਉਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਭਲੇ ਬਾਰੇ ਗੱਲ ਕਰ ਰਹੇ ਨੇ ਇਹਦੇ ਛੋਟੇ ਮੋਟੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੈਨੂੰ ਨਹੀਂ ਪਤਾ ਵੀ ਕਿੰਨੇ ਕ ਬੰਦੇ ਪੰਜਾਬ ਚ ਚੰਗੇ ਕਹਿਣ ਵਾਲੇ ਤਾਂ ਬਹੁਤ ਜ਼ਿਆਦਾ ਨੇ ਪਰ ਮਾੜੇ ਕਹਿਣ ਵਾਲੇ ਵੀ ਹੋਣਗੇ ਪਰ ਹਰ ਇੱਕ ਮਾੜਾ ਕਹਿਣ ਵਾਲੇ ਬੰਦੇ ਦਾ ਸਰਦਾਰ ਨਵਜੋਤ ਸਿੰਘ ਸਿੱਧੂ ਜਵਾਬ ਦੇਣ ਇਹਨੂੰ ਮੈਂ ਚੰਗਾ ਨਹੀਂ ਸਮਝਦਾ ਇੱਕ ਹੋਰ ਜਿਹੜਾ ਹੈਗੇ ਮੀਡੀਆ ਚ ਬਾਰ-ਬਾਰ ਖਬਰਾਂ ਆ ਰਹੀਆਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਤੁਸੀਂ ਕੀ ਕਹਿਣਾ ਚਾਹੂਗਾ ਨਹੀਂ ਜੀ ਨਹੀਂ ਇਹ ਬਿਲਕੁਲ ਵੀ ਗਲਤ ਆ ਤੁਸੀਂ ਹੁਣ ਸਾਲ ਤੋਂ ਜਾਂ ਡੇਢ ਸਾਲ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹਨਾਂ ਇੱਕ ਕਸਾਨੀ ਸੰਘਰਸ਼ ਵਿੱਚ ਵੀ ਆਪਣੀਆਂ ਰੈਲੀਆਂ ਵੀ ਕੱਢੀਆਂ ਨੇ ਤੇ ਮੈਡਮ ਨਵਜੋਤ ਕੌਰ ਸਿੱਧੂ ਨੇ ਲਗਾਤਾਰ ਭਾਈ 25 ਦਿਨ ਲੰਗਰ ਵੀ ਲਾ ਕੇ ਰੱਖਿਆ ਕਦੇ ਵੀ ਇਹ ਨਹੀਂ ਹੋਇਆ ਹੈਗਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਦੇ ਵੀ ਉਹ ਕਾਂਗਰਸ ਪਾਰਟੀ ਦੇ ਉਲਟ ਚੱਲੇ ਹੋਣ ਉਹਨਾਂ ਦਾ ਤਾਂ ਮੁੱਦਾ ਇਸ ਟਾਈਮ ਇਹ ਹੈ ਕਿ ਜਿਹੜੀ ਬੇਅਦਬੀ ਹੋਈ ਆ ਉਹ ਬੇਅਦਬੀ ਤੇ ਬੜੀ ਨਿਰਾਸ਼ਾ ਉਹਨਾਂ ਦੇ ਮਨ 'ਚ ਆ ਕਿ ਸਾਡੀ ਜਿਹੜੀ ਕਾਂਗਰਸ ਦੀ ਸਰਕਾਰ ਆ ਉਹ ਬੇਅਦਵੀ ਦੇ ਮੁੱਦੇ ਤੇ ਆਈ ਸੀ ਪਰ ਅਸੀਂ ਬੇਅਦਵੀ ਦੇ ਮੁੱਦੇ ਤੇ ਕੋਈ ਵੀ ਉਹਨਾਂ ਨੂੰ ਇਨਸਾਫ ਨਹੀਂ ਦਵਾ ਸਕੇ ਤੇ ਉਸੇ ਮੁੱਦੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਨੇ ਕਿ ਇਸ ਟਾਈਮ ਉਹਨਾਂ ਦਾ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਨੂੰ ਕਦੇ ਵੀ ਨਹੀਂ ਛੱਡਣਗੇ ਆਮ ਆਦਮੀ ਪਾਰਟੀ ਦੀਆਂ ਜਿੰਨੀਆਂ ਵੀ ਇਹ ਕਿਆਸਾਂ ਲਗਾਈ ਰਹੀ ਨੇ ਕਿਉਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਸੀਐਮ ਦੇ ਕਲਉਤੇ ਚਿਹਰੇ ਨੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਉਹਨਾਂ ਨੂੰ ਇਹ ਦੇਖ ਰਹੀ ਹੈ ਕਿ ਸਾਡੀ ਪਾਰਟੀ ਦਾ ਸੀਐਮ ਸਰਦਾਰ ਨਵਜੋਤ ਸਿੰਘ ਸਿੱਧੂ ਹੋਵੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਕੋਈ ਗੁਣ ਨੇ ਉਹਨਾਂ ਦੇ ਵਿੱਚ ਇਮਾਨਦਾਰੀ ਆ ਤੇ ਗੁਰੂ ਮਹਾਰਾਜ ਪ੍ਰਤੀ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਬਹੁਤ ਚੰਗੀ ਆ ਇਸ ਕਰਕੇ ਪੰਜਾਬ ਦੇ ਲੋਕ ਉਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਤਾਂ ਹੀ ਉਹ ਸੀਐਮ ਦੇ ਰੂਪ ਚ ਦੇਖਣਾ ਚਾਹੁੰਦੇ ਨੇ ਇਸੇ ਕਰਕੇ ਉਹਨਾਂ ਦੇ ਇਸ ਰੂਪ ਦੇ ਵਿੱਚ ਜਿਵੇਂ ਹੁਣ ਮਨਦੀਪ ਮੰਨੇ ਵਰਗੇ ਬڑے ਉਹ ਜੋਰ ਲਗਾਉਂਦੇ ਨੇ ਵੀ ਉਹਨਾਂ ਦੇ ਉਹਨਾਂ ਨੂੰ ਅਸੀਂ ਕੁਝ ਬੋਲ ਕੇ ਪਤਾ ਨਹੀਂ ਸਾਡੀ ਪਬਲਿਸਿਟੀ ਹੋ ਰਹੀ ਆ ਪਰ ਇਹ ਬਿਲਕੁਲ ਗਲਤ ਆ ਜਿਹੜੇ ਉਹਨਾਂ ਨੂੰ 2-4 ਲੋਕ ਪਸੰਦ ਕਰਦੇ ਨੇ ਉਹ ਵੀ ਉਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਗੇ